ਅੱਜ ਭਾਜੀ ਅਸੀਂ ਇੱਥੇ ਬੈਠੇ ਹੋਏ ਆ, ਅੱਜ ਅਸੀਂ ਇੱਥੇ ਬੈਠੇ ਹੋਏ ਆ। ਮਿੰਟ ਬਾਅਦ ਜਗੇਸ਼ ਮਨੋਤਰਾ ਆ ਰਿਹਾ, ਸਾਨੂੰ ਟਾਂਚਾ ਕਰ ਰਿਹਾ, ਇਹਦੇ ਕੋਲ ਮੰਦਰ ਦੀ ਜਗ੍ਹਾ ਖੋ ਲੈਣੀ ਹੈ। ਮੈਂ ਕਿਹਾ ਮੇਰੇ ਕੋਲ ਮੰਦਰ ਦੀ ਜਗ੍ਹਾ ਕਾਹਦੇ ਵਾਸਤੇ ਖੋਣੀ ਆ? ਰਾਤੇ ਤੁਸੀਂ ਮਾਫੀਆਂ ਮੰਗਦੇ ਪਏ ਹੋ ਕਿ ਤੁਸੀਂ ਉਹ ਪਰਚਾ ਵਾਪਸ ਲੈ ਲਓ, ਹਨਾ? ਕਹਿੰਦੇ ਤੂੰ ਪਰਚਾ ਤਦ ਕਰਕੇ ਵਾਪਸ ਲਿੱਤਾ, ਅਸੀਂ ਨਹੀਂ ਤੈਨੂੰ ਕਿਹਾ ਸੀ ਪਰਚਾ ਵਾਪਸ ਲੈਣ ਨੂੰ। ਲੱਕੀ ਮਨੋਤਰਾ ਕਹਿ ਰਿਹਾ, ਨਾਲ ਜਗੇਸ਼ ਮਨੋਤਰਾ ਕਹਿੰਦਾ ਅਸੀਂ ਨਹੀਂ ਤੈਨੂੰ ਕਿਹਾ ਪਰਚਾ ਵਾਪਸ ਲੈਣ ਨੂੰ, ਤੂੰ ਆਪਣੀ ਮਰਜ਼ੀ ਨਾਲ ਪਰਚਾ ਵਾਪਸ ਲਿੱਤਾ ਔਰ ਤੇਰੇ ਕੋਲ ਮੰਦਰ ਦੀ ਜਗ੍ਹਾ ਖਾਲੀ ਕਰਾਉਣੀ ਹੈ। ਮੈਂ ਕਿਹਾ ਮੰਦਰ ਦੀ ਜਗ੍ਹਾ ਕਿਉਂ ਖਾਲੀ ਕਰਾਉਣੀ ਹੈ? ਮੈਂ ਤੁਹਾਡਾ ਕੱਲ੍ਹ ਲਾਈ ਪਾਤਾ, ਤੁਸੀਂ ਤਦ ਕਰਕੇ ਮੰਦਰ ਦੀ ਜਗ੍ਹਾ ਕਿੱਦਾਂ ਖਾਲੀ ਕਰਾ ਸਕਦੇ? ਇਹਨਾਂ ਨੇ ਦਿੱਤੀ ਤੀ ਮੈਨੂੰ ਮੰਦਰ ਦੀ ਜਗ੍ਹਾ, ਉਹ ਤਾਂ ਮੈਨੂੰ ਬਾਬਾ ਹੀ ਦੇ ਗਏ। 20 ਸਾਲ ਮੈਂ ਮੰਦਰ 'ਚ ਸੇਵਾ ਕੀਤੀ ਹੈ, 20 ਸਾਲ ਮੈਂ ਇਹ ਹੱਥਾਂ ਦੇ ਨਾਲ ਉੱਥੋਂ ਗੰਦ ਚੱਕ ਚੱਕ ਕੇ ਸੁੱਟਿਆ, ਅੱਜ ਇਹ ਆ ਗਏ ਆ ਮੰਦਰ 'ਚ ਸੇਵਾ ਕਰਨ ਵਾਸਤੇ। ਗਊਸ਼ਾਲਾ ਇਹਨਾਂ ਨੇ ਬਣਾਈ ਦੀ, ਕਾਹਦੇ ਵਾਸਤੇ ਬਣਾਈ ਦੀ ਹੈ? ਉੱਥੋਂ ਇਹਨਾਂ ਦੇ ਬਿਜ਼ਨਸ ਚੱਲਦੇ ਆ। ਇਹ ਸਾਰੇ ਭਰਾਵਾਂ ਨੂੰ ਪੁੱਛਿਆ ਜਾਵੇ ਕਿ ਤੁਸੀਂ ਕਿੱਥੋਂ ਤੁਹਾਡੇ ਬਿਜ਼ਨਸ ਕੀ ਹੈ, ਤੁਹਾਡੇ ਘਰ ਦੇ ਖਰਚੇ ਕਿੱਥੋਂ ਚੱਲਦੇ? ਗਊਸ਼ਾਲਾ ਤੋਂ ਘਰ ਦੇ ਖਰਚੇ ਚੱਲਦੇ ਆ। ਮੇਰੇ ਕੋਲ ਇੱਦਾਂ ਦੀਆਂ ਵੀਡੀਓ ਹੈ, ਗਊ ਮਾਤਾ ਕਹਿੰਦੇ ਸਾਡੀ ਮਾਂ ਹੈ। ਜੇ ਮਾਂ ਹੋਵੇ ਗਊ ਮਾਤਾ ਤਾਂ ਉਹ ਤੜਫਦੀਆਂ ਕਿਉਂ ਹੁੰਦੀਆਂ ਧੁੱਪੇ? ਅੱਜ ਹੁਣ ਕੀ ਹੋਇਆ? ਭਾਜੀ ਬੈਠੇ ਤੇ ਸਾਨੂੰ ਮਾਰਨ ਨੂੰ ਪੈ ਗਏ ਆ, ਉਹ ਕੋਈ ਸੋਕ ਜਿਹਾ ਹੋਣਾ ਭਾਜੀ? ਹਾਂਜੀ ਹਾਂਜੀ, ਨਹੀਂ 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 ਨਹੀਂ, ਉਹਨਾਂ ਨੇ ਮਾਰਿਆ ਪਰ ਅਸੀਂ ਆਪਣੇ ਮੁੰਡੇ ਨੂੰ ਬਚਾ ਲਿਆ। ਸੁਮਿਤ ਮਨੋਤਰਾ, ਇਸ ਬਾਰੇ ਪੁਲਿਸ ਨੂੰ ਕੋਈ ਸ਼ਿਕਾਇਤ ਕੀਤੀ? ਅਸੀਂ ਦਿੱਤੀ ਨਹੀਂ ਭਾਜੀ, ਅਸੀਂ ਤਾਂ ਉਹਨੂੰ ਲੈ ਕੇ ਚੱਲ ਗਏ, ਸਾਰੇ ਜਣੇ ਤੇ ਸਾਨੂੰ ਪੈ ਗਏ, ਸਾਨੂੰ ਮਾਰਨ ਨੂੰ ਪਏ ਸਾਡੇ ਕੱਪੜੇ। ਸ਼ੁਕਰ ਆ ਅਸੀਂ, ਸਾਨੂੰ ਮੁੰਡਿਆਂ ਨੇ ਸਾਡਿਆਂ ਨੇ ਸਾਨੂੰ ਪਿੱਛੇ ਕਰਤਾ ਕਿ ਸਾਡੀਆਂ ਮਾਵਾਂ ਨੂੰ ਹੱਥ ਨਾ ਲਾਓ। ਅਸੀਂ ਨਹੀਂ ਚਾਹੁੰਦੇ ਕਿ ਤੁਸੀਂ ਸਾਡੀਆਂ ਮਾਵਾਂ ਨੂੰ ਨੰਗੇ ਕਰੋ ਇੱਥੇ, ਇਹਨਾਂ ਨੂੰ ਸ਼ਰਮ ਨਹੀਂ ਆਉਂਦੀ ਗਊਸ਼ਾਲਾ ਵਾਲਿਆਂ ਨੂੰ? ਹੁਣ ਪੁਲਿਸ ਮੌਕੇ ਤੇ ਆਈ ਹੈ, ਤੁਸੀਂ ਇਸ ਬਾਰੇ ਕੰਪਲੇਂਟ ਪੁਲਿਸ ਨੂੰ ਦਿਓ? ਮੈਂ ਜ਼ਰੂਰ ਦਊਂਗੀ, ਮੈਂ ਰਾਤ ਵਾਲਾ ਕੇਸ ਵੀ ਖਿਲਾਉਂਗੀ। ਮੇਰਾ ਹੱਥ ਵਾਲਾ ਇਹ ਕਹਿ ਰਹੀ ਹੈ ਨਾ ਜਗੇਸ਼ ਮਨੋਤਰਾ ਕਿ ਅਸੀਂ ਨਹੀਂ ਤੈਨੂੰ ਕਿਹਾ ਸੀ ਕਿ ਮਾਫੀ ਦੇ ਦੇ ਸਾਨੂੰ ਮਾਫ ਕਰ ਦੇ? ਮੈਂ ਹੁਣ ਉੱਥੇ ਸਾਈਨ ਕਰੂੰਗੀ। ਹੱਥੋਂ ਭਾਈ ਹਾਂ ਮਾਰਨ ਨੂੰ ਪਿਆ, ਦੇਖੋ ਮੇਰੀ ਫਰੈਂਡ ਬੈਠੀ, ਮੈਂ ਬੈਠੀ, ਹੋਰ ਮੁੰਡੇ ਬੈਠੇ, ਸਾਰੇ ਜਣੇ ਮਾਰਨ ਨੂੰ ਪਿਆ। ਇੰਨੇ ਜਿਹਨੇ ਇਹਨਾਂ ਨੂੰ ਸ਼ਰਮ ਨਹੀਂ ਆਉਂਦੇ? ਦੋ ਲੇਡੀਜ਼ ਬੈਠੇ ਹੋਏ, ਇੰਨੇ ਜਿਹਨੇ ਇਕੱਠੇ ਹੋ ਕੇ ਆ ਗਏ ਆ, ਅੱਗੋਂ ਕਹਿੰਦੇ ਤੁਹਾਨੂੰ ਮਰਵਾ ਦੇਣਾ ਕਿਉਂ? ਮੈਨੂੰ ਕੱਲ ਨੂੰ ਕੁਛ ਵੀ ਹੁੰਦਾ ਗਊਸ਼ਾਲਾ ਵਾਲੇ ਜ਼ਿੰਮੇਦਾਰ ਆ। ਲੱਕੀ ਮਨੋਤਰਾ, ਜਗੇਸ਼ ਮਨੋਤਰਾ, ਸੁਨੰਦਾ ਮਨੋਤਰਾ, ਮੈਂ ਸੁਸ਼ੀਲ ਰਿੰਕੂ ਦੀ ਸਪੋਰਟ ਕਰਦਾ ਪਿਆ, ਨਰਿੰਦਰ ਮੋਦੀ ਸਪੋਰਟ ਕਰਦਾ ਪਿਆ। ਆਪਾਂ ਤਾਂ ਆਰਾਮ ਨਾਲ ਖੜੇ ਸੀ, ਕੋਈ ਗੱਲ ਨਹੀਂ, ਕੋਈ ਬਾਤ ਨਹੀਂ ਸੀ। ਇਹ ਲੇਡੀ ਹੈਗੀ ਹੈ ਭਾਜੀ, ਇਹਨਾਂ ਦੇ ਨਾ ਤਾਲੁਕਾਤ ਹੈਗੇ ਆ ਸਮੈਕ ਵੇਚਣ ਵਾਲਿਆਂ ਨਾਲ, ਉਹ ਤੁਸੀਂ ਦੇਖਿਆ ਹੋਣਾ ਪਿੱਛੇ ਕਈ ਵਾਰੀ ਇਹਨਾਂ ਦਾ ਨਾਮ ਵੱਜਿਆ, ਪਰ ਇਹ ਮੰਦਰ ਦੀ ਜਗ੍ਹਾ 'ਤੇ ਇੱਕ ਕਬਜ਼ਾ ਕਰਕੇ ਬੈਠੀ ਆ। ਇਹਨੂੰ ਬਸ ਉਹੀ ਚੀਜ਼ ਦਾ ਰੋਲਾ ਕਿ ਇਹ ਮੰਦਰ ਖਾਲੀ ਜਗ੍ਹਾ ਖਾਲੀ ਕਰਾਉਣੀ ਆ, ਜਗ੍ਹਾ ਖਾਲੀ ਕਰਾਉਣੀ ਆ। ਇੱਥੇ ਦੇਖਿਆ ਬੂਥ 'ਤੇ ਰਸ਼ ਬਹੁਤ ਜ਼ਿਆਦਾ ਲੱਗਾ ਸੀ, ਅਤੇ ਇਹਨੇ ਆ ਕੇ ਕੋਈ ਨਾ ਕੋਈ ਕਲੇਸ਼ ਪਾਉਣ ਦੀ ਗੱਲ ਕੀਤੀ। ਇਹਨਾਂ ਨਾਲ ਮੁੰਡੇ ਆਏ ਸੀ ਸੁਮਿਤ ਅਰੋੜਾ, ਸੁਮਿਤ ਮਿੰਟੂ, ਉਹਨੇ ਆ ਕੇ ਸਾਡੇ ਵੱਡੇ ਭਾਈ ਸਾਹਿਬ ਦੇ ਹੱਥ ਚੱਕਿਆ। ਯਾਨੀ ਕਿ ਸਾਰੇ ਇੱਥੇ ਪਬਲਿਕ ਖੜੀ ਆ, ਕੈਮਰੇ ਲੱਗੇ ਆ, ਤੁਸੀਂ ਰਿਕਾਰਡਿੰਗ ਚੈੱਕ ਕਰ ਸਕਦੇ ਹੋ। ਕੋਈ ਇੱਦਾਂ ਦੀ ਕੋਈ ਗੱਲਬਾਤ ਹੋਈ ਨਹੀਂ, ਇਹ ਝੂਠੇ ਇਲਜ਼ਾਮ ਕਰਦੀ ਵੀ ਆ, ਕਿਉਂਕਿ ਇਹਨੂੰ ਪਤਾ ਜੇ ਆਪਾਂ ਰਿੰਕੂ ਜੀ ਜਿੱਤ ਗਏ ਤਾਂ ਸਮੈਕ ਇੱਥੋਂ ਬੰਦ ਹੋਏ ਨਹੀਂ ਆ, ਬਸਤੀ ਏਰੀਆ 'ਚ ਖਤਮ ਕਰ ਦੇਣੀ ਹੈ। ਉਸ ਚੀਜ਼ ਦਾ ਇਹਨੂੰ ਡਰ ਪਿਆ ਆ ਬਸ। ਹੁਣ ਇਹੀ ਗੱਲ ਹੋਈ ਸੀ ਜਿਹੜੀ ਤੁਹਾਨੂੰ ਦੱਸੀ ਭਾਜੀ, ਹੱਥੋਂ ਭਾਜੀ ਉਹਨਾਂ ਨੇ ਕੀਤੀ ਭਾਜੀ। ਹਾਂਜੀ ਹਾਂਜੀ, ਭਾਜੀ ਤੁਸੀਂ ਦੇਖ ਲਓ ਬੂਥ ਕਿੱਦਾਂ ਵਾ,
ਤੁਸੀਂ ਦੇਖ ਲਓ ਨਾ, ਤੁਸੀਂ ਆਪ ਮੀਡੀਆ ਵਾਲੇ, ਤੁਸੀਂ ਚੈੱਕ ਕਰ ਸਕਦੇ ਹੋ ਬੂਥ ਕਿੰਦਾ ਵਾ। ਇਹ ਸਾਹਮਣੇ ਖੜੇ ਆ, ਤੇ ਜਿਹਨੂੰ ਮਰਜ਼ੀ ਚੈੱਕ ਕਰ ਲਓ, ਇੱਥੇ 1000 ਬੰਦਾ ਖੜਾ ਸੀ ਉਦੋਂ, ਕਿਸੇ ਨੂੰ ਵੀ ਪੁੱਛ ਸਕਦੇ ਤੁਸੀਂ। ਹਾਂਜੀ, ਪੁਲਿਸ ਆਈ ਹੋਈ ਸੀ, ਪੁਲਿਸ ਨਾਲ ਕੋਈ ਕਾਰਵਾਈ ਨਹੀਂ ਕੀਤੀ ਜੀ ਉਹਨਾਂ 'ਤੇ। ਮੈਂ ਇਹਦੇ 'ਚ ਘੁੰਮ ਰਿਹਾ ਸੀ, ਮੈਨੂੰ ਫੋਨ ਆਇਆ ਸੀਗਾ ਵਿੱਚ ਘਰ ਵਾਲਾ ਹੋਣ ਲਈ। ਜਦੋਂ ਮੈਂ ਆਇਆ ਤਾਂ ਮੈਨੂੰ ਜਗੇਸ਼ ਕੁਮਾਰ ਜੀ ਮਿਲੇ ਨੇ, ਉਹ ਭਾਜਪਾ ਵਾਲਾ ਸੰਬੰਧ ਰੱਖਦੇ ਨੇ। ਉਹ ਕਹਿੰਦੇ ਮੈਨੂੰ ਕਾਂਗਰਸ ਪਾਰਟੀ ਵਾਲਿਆਂ ਨੇ ਚੇਟ ਮਾਰੀ ਹੈ। ਲੇਕਿਨ ਜਦੋਂ ਮੈਂ ਕਾਂਗਰਸ ਵਾਲੇ ਦੱਸਦੇ ਹਾਂ ਜਿੱਥੇ ਦੂਜੀ ਹੁੰਦੀ ਸੀ, ਪਤਾ ਕਰ ਰਹੇ ਨੇ ਡਰ ਬਣਦੀ ਹੈ, ਜੋ ਵੀ ਕਾਰਵਾਈ ਹੋਊਗੀ ਗੱਲ ਕਰਕੇ ਕੋਈ ਕਾਰਵਾਈ। ਕੋਈ ਜ਼ਖਮੀ ਵੀ ਹੋਇਆ ਹੋਇਆ? ਨਹੀਂ ਨਹੀਂ ਨਹੀਂ, ਉਹਦੀ ਵੱਡੀ ਜਾਰੀ ਪੂਰੇ ਆਪ ਧਰਮ ਮਾਰੀ ਹੋਈ ਕੋਈ ਗੱਲ ਨਹੀਂ।